ਜਿੱਥੇ ਇੱਕ ਪਾਸੇ ਪੂਰੇ ਪੰਜਾਬ ਦੇ ਵਿੱਚ ਨਗਰ ਕੌਂਸਲ ਚੋਣਾਂ ਦੀਆਂ ਸਰਗਰਮੀਆਂ ਪੂਰੇ ਜ਼ੋਰਾਂ ਤੇ ਹਨ, ਉੱਥੇ ਹੀ ਰਾਏਕੋਟ ਦੇ ਵਿੱਚ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨੇ ਜਾਣ ਦੇ ਮੌਕੇ ਹੋਈ ਗਰਮਾ ਗਰਮੀ ਦੇ ਮਾਹੌਲ ਤੋਂ ਬਾਅਦ ਟਿਕਟਾਂ ਦੀ ਵੰਡ ਕਰਨ ਵਾਲੇ ਆਗੂਆਂ ਦੇ ਪਸੀਨੇ ਛੁੱਟਦੇ ਹੋਏ ਦਿਖਾਈ ਦਿੱਤੇ। ਜਿਵੇਂ ਹੀ ਅੱਜ ਨਗਰ ਕੌਂਸਲ ਰਾਏਕੋਟ ਦੀਆਂ ਚੋਣਾਂ ਲਈ ਟਿਕਟਾਂ ਦੀ ਵੰਡ ਕਰਨ ਲਈ ਅਬਜ਼ਰਵਰ ਬਲਦੇਵ ਸਿੰਘ ਮਾਨ, ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਪੁੱਜੇ ਤਾਂ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ, ਸ਼੍ਰੋਮਣੀ ਕਮੇਟੀ ਮੈਂਬਰ ਜਗਜੀਤ ਸਿੰਘ ਤਲਵੰਡੀ ਅਤੇ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਪ੍ਰਭਜੋਤ ਸਿੰਘ ਧਾਲੀਵਾਲ ਦੀ ਹਾਜ਼ਰੀ ਦੇ ਵਿੱਚ ਉਮੀਦਵਾਰਾਂ ਦਾ ਐਲਾਨ ਕਰਨ ਲੱਗੇ ਤਾਂ ਜਦ ਵਾਰੀ ਵਾਰਡ ਨੰਬਰ 14 ਅਤੇ 15 ਦੀ ਆਈ ਤਾਂ ਉਹਨਾਂ 14 ਨੰਬਰ ਵਾਰਡ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਡਾਕਟਰ ਹਰਪਾਲ ਸਿੰਘ ਗਰੇਵਾਲ ਦਾ ਨਾਮ ਐਲਾਨ ਦਿੱਤਾ। ਲੇਕਿਨ ਜਦ ਵਾਰਡ ਨੰਬਰ 15 ਤੋਂ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਦਾ ਨਾਮ ਐਲਾਨਿਆ ਤਾਂ ਉਹਨਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ 14 ਨੰਬਰ ਵਾਰਡ ਦੇ ਦਾਅਵੇਦਾਰ ਰਹੇ ਹਨ, ਪਰੰਤੂ ਐਨ ਮੌਕੇ ਤੇ ਉਹਨਾਂ ਦਾ ਵਾਰਡ ਬਦਲ ਕੇ 15 ਨੰਬਰ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੱਤਰਕਾਰਾਂ ਦੀ ਹਾਜ਼ਰੀ ਦੇ ਵਿੱਚ ਹੀ ਦੂਸ਼ਣਬਾਜ਼ੀਆਂ ਦਾ ਦੌਰ ਚੱਲਦਾ ਰਿਹਾ, ਜਿਸ ਤੋਂ ਬਾਅਦ ਬੇਸ਼ੱਕ ਅਬਜ਼ਰਵਰ ਬਲਦੇਵ ਸਿੰਘ ਮਾਨ ਨੇ ਗੁਰਚਰਨ ਸਿੰਘ ਗਰੇਵਾਲ ਜ਼ਿਲ੍ਹਾ ਪ੍ਰਧਾਨ ਨੇ ਅਮਨਦੀਪ ਸਿੰਘ ਗਿੱਲ ਨੂੰ ਮਨਾਉਣ ਦੇ ਲਈ ਕਾਫੀ ਜ਼ੋਰ ਲਗਾਇਆ, ਪਰੰਤੂ ਉਹ ਵਾਰਡ ਨੰਬਰ 15 ਤੋਂ ਚੋਣ ਲੜਨ ਤੋਂ ਇਨਕਾਰ ਕਰਕੇ ਉੱਠ ਕੇ ਚਲੇ ਗਏ, ਜਿਸ ਤੋਂ ਬਾਅਦ ਬੇਸ਼ੱਕ ਬਲਦੇਵ ਸਿੰਘ ਮਾਨ ਨੇ ਉਹਨਾਂ ਦੇ ਵਾਰਡ ਸਹਿਤ 11 ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ, ਪਰੰਤੂ ਜੋ ਅੱਜ ਅਕਾਲੀ ਦਲ ਦੀਆਂ ਸੀਟਾਂ ਦੀ ਵੰਡ ਸਮੇਂ ਮਾਹੌਲ ਨਜ਼ਰ ਆਇਆ ਉਸ ਤੋਂ ਸਪਸ਼ਟ ਹੁੰਦਾ ਹੈ ਕਿ ਅੱਗੇ ਚੋਣਾਂ ਵਿੱਚ ਪਾਰਟੀ ਦੀ ਕੀ ਕਾਰਗੁਜ਼ਾਰੀ ਰਹੇਗੀ। ਆਓ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਵੀਡੀਓ। ਰਾਏਕੋਟ ਦੀ ਮਿਊਂਸੀਪਲ ਕਮੇਟੀ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਂਡੀਡੇਟਾਂ ਦਾ ਨਾਂ ਇਸ ਤਰ੍ਹਾਂ ਉੱਤੇ ਅਨਾਊਂਸ ਕੀਤਾ ਗਿਆ। ਵਾਰਡ ਨੰਬਰ 1 ਤੋਂ ਨਵਦੀਪ ਕੌਰ, ਪਤਨੀ ਜਸਵੇਲ ਸਿੰਘ, ਨੰਬਰ 2 ਤੋਂ ਬੂਟਾ ਸਿੰਘ, ਸਨ ਆਫ ਰੂਪ ਸਿੰਘ, ਨੰਬਰ 4 ਤੋਂ ਸੰਜੀਵ ਕੌਰ ਬੋਬਾ, ਸਨ ਆਫ ਤਰਸੇਮ ਲਾਲ, ਨੰਬਰ 6 ਤੋਂ ਜਗਾਨਾਥ, ਸਨ ਆਫ ਬਹਾਦਰ ਰਾਮ, 7 ਤੋਂ ਕਸ਼ਮੀਰ ਕੌਰ ਵਾਈਫ ਆਫ ਮੁਲਖਰਾਜ ਜੱਸਾ, 8 ਤੋਂ ਮੇਜਰ ਸਿੰਘ, 9 ਤੋਂ ਸੁਖਵਿੰਦਰ ਕੌਰ ਵਾਈਫ ਆਫ ਜਸਵੇਲ ਸਿੰਘ, 12 ਤੋਂ ਅਜੇ ਗਿੱਲ ਸਨ ਆਫ ਜਸਪਾਲ ਸਿੰਘ, 13 ਤੋਂ ਜਸਵਿੰਦਰ ਕੌਰ ਪਤਨੀ ਸੁਖਦੇਵ ਸਿੰਘ, 14 ਤੋਂ ਡਾਕਟਰ ਹਰਪਾਲ ਸਿੰਘ, ਅਤੇ ਜਿਹੜੇ ਇਹ ਸਾਰੇ ਅਸੀਂ ਸ਼੍ਰੋਮਣੀ ਅਕਾਲੀ ਦਲ 15 ਤੋਂ ਅਮਨਦੀਪ ਸਿੰਘ ਗਿੱਲ ਸਾਬਕਾ ਪ੍ਰਧਾਨ, ਇਹ ਸਾਰੇ ਜਿਹੜੇ ਕੈਂਡੀਡੇਟ ਨੇ ਅੱਜ ਸਰਬਸੰਮਤੀ ਨਾਲ ਇੱਥੇ ਸਾਰੇ ਨਾਲ ਕੇ ਤਲਵੰਡਾ ਸਾਹਿਬ ਦੀ ਅਗਵਾਈ ਥੱਲੇ ਅੱਜ ਅਸੀਂ ਇੱਥੇ ਹਲਕਾ ਇੰਚਾਰਜ ਸਾਹਿਬ ਦੇ ਨਾਲ ਅਤੇ ਪ੍ਰਧਾਨ ਸਾਹਿਬ ਸਾਡੇ ਜ਼ਿਲ੍ਹੇ ਦੇ ਜਿਹੜੇ ਹੈਗੇ ਗਿੱਲ ਸਾਹਿਬ, ਅੱਜ ਸਾਰੇ ਇਹਨਾਂ ਕੈਂਡੀਡੇਟ ਨੂੰ ਅਨਾਊਂਸ ਕੀਤਾ ਅਤੇ ਸਾਰੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਹਾਂਗੇ। ਬਾਕੀ ਦੀਆਂ ਸੀਟਾਂ ਸਾਂਝੇ ਮੋਰਚੇ ਦੇ ਉਮੀਦਵਾਰ ਨੇ ਜਿਹੜੇ ਜਿਨ੍ਹਾਂ ਨਾਲ ਸਮਝੌਤਾ ਹੋਇਆ, ਜਿਨ੍ਹਾਂ ਦੇ ਵਿੱਚ ਕੋਈ BJP ਨਾਲ ਕੋਈ ਸਮਝੌਤਾ ਨਹੀਂ ਹੋਏਗਾ, ਡੈਮੋਕਰੇਟਿਕ ਅਕਾਲੀ ਦਲ ਨਾਲ ਨਹੀਂ ਹੋਏਗਾ, ਕਾਂਗਰਸ ਨਾਲ ਨਹੀਂ ਹੋਏਗਾ। ਸੋ ਇਹ ਸਾਡੇ ਸਾਰੇ ਉਮੀਦਵਾਰ ਸਾਰੇ 15 ਅਸੀਂ ਇੱਥੇ ਮਤਲਬ ਅਨਾਊਂਸ ਕੀਤੇ ਨੇ ਅਤੇ ਸਾਰਾ ਸ਼੍ਰੋਮਣੀ ਅਕਾਲੀ ਦਲ ਇਕਵਟ ਹੋ ਕੇ ਇਹਨਾਂ ਚੋਣਾਂ ਨੂੰ ਲੜੇਗਾ ਅਤੇ ਅਸੀਂ ਪੂਰੀ ਜਿੱਤ ਪ੍ਰਾਪਤ ਕਰਾਂਗੇ। ਜਿੰਨੇ ਕੈਂਡੀਡੇਟ ਤੁਸੀਂ ਅਨਾਊਂਸਮੈਂਟ ਕੀਤੇ ਕਿ ਇਹ ਅਕਾਲੀ ਦਲ ਦੇ ਚੋਣ ਛੰਡ ਤੇ ਹੀ ਲੜਨਗੇ, ਇਹ ਅਕਾਲੀ ਦਲ ਦੇ ਚੋਣ ਵਿੱਚ ਬਦਲਣਾ, ਜਿਹੜੇ ਸਾਰੇ ਆ ਅਨਾਊਂਸ ਕੀਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਲੜਨਗੇ, ਜਿਹੜੇ ਸਾਂਝੇ ਮੋਰਚੇ ਵਾਲੇ ਨੇ ਉਹ ਆਪਦੇ ਨਿਸ਼ਾਨ ਤੇ ਲੜਨਗੇ। ਸਾਂਝੇ ਮੋਰਚੇ ਦੇ ਵਿੱਚ ਕਿਹੜੀਆਂ ਪਾਰਟੀਆਂ ਸ਼ਾਮਲ ਨੇ? ਸਾਂਝੇ ਮੋਰਚੇ ਦੇ ਵਿੱਚ ਪਾਰਟੀਆਂ ਤਾਂ ਨਹੀਂ, ਕੁਝ ਬੰਦੇ ਜਿਹੜੇ ਉੱਧਰੋਂ ਨਿਕਲ ਕੇ ਆਏ ਨੇ ਉਹਨਾਂ ਦੇ ਵਿੱਚੋਂ ਕਾਂਗਰਸ ਦੇ ਵਿੱਚੋਂ ਅਤੇ ਦੂਜੀ ਪਾਰਟੀ ਦੇ ਵਿੱਚੋਂ ਉਹਨਾਂ ਨੇ ਆਪਦਾ ਇੱਕ ਮੋਰਚਾ ਬਣਾਇਆ। ਕਿਹਦੀ ਅਗਵਾਈ 'ਚ? ਬਸ ਕੋਈ ਹੋਈ, ਚਲੋ ਉਹਨਾਂ ਨੇ ਬਣਾਇਆ ਸਾਂਝਾ ਮੋਰਚਾ, ਉਹਨਾਂ ਨੂੰ ਜਿਹੜੀਆਂ ਹੈਗੀਆਂ ਇਹ ਸੀਟਾਂ ਬਾਕੀ ਦੇ ਉਹਨਾਂ